ਆਪਕੇ ਗੀਲ ਸਿੰਘ ਸੱਚੀਓ ਸਾਡਾ ਚਾਚਾ ਤੇ ਨਾਲ 골ਡੀ ਸਾਡੀ ਮਾਸੀ ਦਾ ਮੁੰਡਾ ਹੈ ਸਵਾਲ 골ਡੀ ਵੀਰ ਤੋਂ ਇਹੀ ਆ ਕਿ 골ਡੀ ਵੀਰ ਜੀ ਤੁਸੀਂ ਜਿਹੜਾ ਆ ਹਿਸਾਬ ਕਿਉਂ ਨਹੀਂ ਦਿੰਦੇ ਮੈਂ ਕਹਣਾ ਤੁਸੀਂ ਆਪਣੇ ਪਿੰਡ ਜਿਹੜੀ ਭਰਤੀ ਪੁਵਾਈ ਆ ਟਰੈਲੀਆਂ ਦੀ ਉਹਦਾ ਹੀ ਗੱਲਾਂ ਹਿਸਾਬ ਦੇ ਦੋ ਤੁਹਾਡੇ ਤੋਂ ਉਹ ਵੀ ਨਹੀਂ ਦੇ ਹੋਣਾ ਪਰ ਜਿਹੜੇ ਤੁਸੀਂ ਹਿਸਾਬ ਨਹੀਂ ਦੇ ਰਹੇ ਇੱਥੇ ਤਾਂ ਉਹੀ ਪ੍ਰਾਣੀ ਕਹਾਵਤ ਨਜ਼ਰ ਆ ਰਹੀ ਆ ਕਿ ਖਾਣਾ ਗੁਰਦੁਆਰੇ ਤੇ ਭੌਂਕਣਾ ਮਸੀਤੀ ਉਹੀ ਗੱਲ ਆ ਕਿ ਸਾਡੀਆਂ ਤਾਰੀਫਾਂ ਹੀ ਕਰੋ ਬਾਈ ਤੂੰ ਘੈਂਟ ਆ ਤੂੰ ਸਿਰਾਂ ਆ ਤੇ ਸਾਡੀਆਂ ਤਾਰੀਫਾਂ ਦੇ ਨਾਲ ਨਾਲ ਮੂੰਹ ਤੇ ਖੰਡ ਰੱਖਿਓ ਸੇਵਾ ਕਰਾਂਗੇ ਜ਼ਰੂਰ ਪਰ ਜਾਰੀ ਫੰਡ ਰੱਖਿਓ ਇਹ ਗੋਲਡ ਜੀ ਤੁਸੀਂ ਰੱਬ ਰੂਪ ਹੋ ਤੁਹਾਡੇ ਵਰਗਾ ਦੁਨੀਆ ਤੇ ਬੰਦਾ ਹੀ ਨਹੀਂ ਜੰਮਿਆ ਤੇ ਗੋਲਡ ਜੀ ਤੁਸੀਂ ਸਪੋਜ਼ ਕਰੋ ਰਾਤ ਨੂੰ ਨਾਕੇ ਤੇ ਖੜੇ ਆ ਕੋਈ ਜੰਮੂ ਕਸ਼ਮੀਰ ਤੋਂ ਸੇਵ ਲੈ ਕੇ ਆਇਆ ਤੇ ਉਹਦੇ ਵਿੱਚ ਇੱਕ ਜਿਹੜੀ ਸ਼ਰਾਬ ਦੀ ਪੇਟੀ ਵੀ ਨਿਕਲ ਜਾਂਦੀ ਆ ਹੁਣ ਤੁਸੀਂ ਤਾਂ ਰੱਬ ਰੂਪ ਹੋ ਤੁਸੀਂ ਤਾਂ ਬੰਦੇ ਨੂੰ ਕੁਝ ਕਹਿਣਾ ਨਹੀਂ ਮਨਦੀਪ ਕੌਰ ਸਿੱਧੂ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਬੀਬੀ ਜੀ ਆਪਾਂ ਕੀ ਹਮੇਸ਼ਾ ਐਨਆਰਆਈਆਂ ਦਾ ਮੂੰਹ ਹੀ ਤੱਕਣਾ ਕਿ ਤੁਸੀਂ ਸਾਨੂੰ ਪੈਸੇ ਦੋ ਸਾਡੀਆਂ ਬਹੁਤ ਹੀ ਰਿਕਾਰਡਿੰਗਾਂ ਸਾਹਮਣੇ ਆ ਰਹੀਆਂ ਜਿਵੇਂ ਹੁਣ ਤੁਸੀਂ ਮਨੁੱਖਤਾ ਦੀ ਸੇਵਾ ਵਾਲਿਆਂ ਕੋ ਗਏ ਉਹਨਾਂ ਨੂੰ ਕਿਹਾ ਕਿ ਮੇਰੇ ਫੇਵਰ ਜਿ ਇੱਕ ਵੀਡੀਓ ਬਣਾ ਦੋ ਔਰ ਮੈਂ ਵਿਲੈਤੀਆਂ ਨੂੰ ਇਹ ਕਹਿਣਾ ਚਾਹਨਾ ਭਰਾਵੋ ਆਪਣਾ ਪਿੰਡ ਸੰਭਲੋ ਇੱਥੇ ਕਿਸੇ ਨੂੰ ਤੁਹਾਡੀ ਕੋਈ ਕਦਰ ਨਹੀਂ ਆ ਹੁੰਦੀ ਤਾਂ ਹੁਣ ਤੱਕ ਸਾਹਬ ਆ ਜਾਣਾ ਸੀ ਗੁਰਨਾਨਕ ਪਾਸ਼ਾ ਨੇ ਵੀਰ ਪੈ ਕਿਸੇ ਨੂੰ ਫੜਾਇਆ ਹੀ ਨਹੀਂ ਸੀਗੇ ਕਿ ਜਾਓ ਦਾਮ ਦੇ ਦਿਓ ਗੁਰਨਾਨਕ ਪਾਸ਼ਾ ਨੇ ਆਪ ਲੰਗਰ ਪਕਾਇਆ ਸੀ ਆਪ ਸੇਵਾ ਕੀਤੀ ਸੀ ਔਰ ਬਾਅਦ ਚ ਮਾਪਿਓ ਤੋਂ ਕੁੱਟ ਵੀ ਖਾਦੀ ਸੀ ਇਹਨੇ ਪੱਤਰਕਾਰ ਦਿਨੇਸ਼ ਸੂਰੀ ਜੋ ਕਿ ਨਵਾਂ ਸ਼ਹਿਰ ਤੋਂ ਨੇ ਅੱਜ ਕੱਲ ਜਿਹੜਾ ਸਮਾਜ ਸੇਵੀਆਂ ਦਾ ਮਸਲਾ ਚੱਲ ਰਿਹਾ ਜਿਸ ਵਿੱਚ ਇੱਕ ਧਿਰ ਵੱਲੋਂ ਪੰਜਾਬ ਵਿੱਚ ਕੰਮ ਕਰਨ ਵਾਲੇ ਕੁਝ ਸਮਾਜ ਸੇਵੀਆਂ ਤੇ ਕਪਲੇ ਕਰਨ ਦੇ ਦੋਸ਼ ਲਾਏ ਜਾ ਰਹੇ ਨੇ ਇਸ ਬਾਰੇ ਦਿਨੇਸ਼ ਸੂਰੀ ਨੇ ਕਾਫੀ ਹੈਰਾਨੀਜਨਕ ਗੱਲਾਂ ਦਸੀਆਂ ਨੇ ਵੀਡੀਓ ਦੇਖਣ ਤੋਂ ਪਹਿਲਾਂ ਇਹ ਦੱਸ ਦਈਏ ਕਿ ਸਾਡਾ ਕਿਸੇ ਸਮਾਜ ਸੇਵੀ ਨਾਲ ਕੋਈ ਰੌਲਾ ਨਹੀਂ ਤੇ ਨਾ ਹੀ ਸਾਡਾ ਦਿਨੇਸ਼ ਸੂਰੀ ਨਾਲ ਕੋਈ ਸੰਬੰਧ ਹੈ ਸੋ ਇਹ ਵੀਡੀਓ ਆਪਣੀ ਸੋਚ ਦੇ ਹਿਸਾਬ ਨਾਲ ਦੇਖੋ ਕਿ ਸਮਾਜ ਸੇਵਾ ਦੇ ਨਾਮ ਤੇ ਪੰਜਾਬ ਵਿੱਚ ਅੱਜ ਕੱਲ ਹੋ ਕੀ ਰਿਹਾ ਸਸੀਕਾਲ ਦੋਸਤੋ ਮੇਰਾ ਨਾਮ ਦਿਨੇਸ਼ ਸੂਰੀ ਮੈਂ ਨਵਾਂ ਸ਼ਹਿਰ ਤੋਂ ਅੱਜ ਤੁਹਾਡੇ ਨਾਲ ਕੁਝ ਵਿਚਾਰਾਂ ਦੀ ਸਾਂਝ ਪਾਉਣੀ ਚਾਹੁੰਦੇ ਆ ਨਾਰਮਲੀ ਜਿਹੜੇ ਲੋਕ ਸਾਨੂੰ ਜਾਣਦੇ ਉਹਨਾਂ ਨੂੰ ਪਤਾ ਕਿ ਅਸੀਂ ਨਵੇਂ ਸ਼ਹਿਰ ਲੈਵਲ ਤੇ ਜਿਹੜਾ ਆਮ ਪਬਲਿਕ ਦੇ ਮੁੱਦੇ ਆ ਉਹ ਜਿਹੜੇ ਆਮ ਪਬਲਿਕ ਦੀ ਕਚਹਿਰੀ ਚ ਹੀ ਰੱਖਦੇ ਰਹਿੰਦੇ ਆ ਤੇ ਉਹਨਾਂ ਨੂੰ ਨੇਪਰੇ ਚੜਵਾਉਣ ਦੀ ਜਿਹੜੀ ਸਰਕਾਰਾਂ ਤੋਂ ਕੋਸ਼ਿਸ਼ ਕਰਦੇ ਪਰ ਅੱਜ ਅਸੀਂ ਇੱਕ ਮੁੱਦੇ ਤੇ ਗੱਲਬਾਤ ਕਰਨਾ ਚਾਹੁੰਦੇ ਆ ਉਹ ਮੁੱਦਾ ਹੈ ਜੀ ਗੋਲਦੀ ਪੀਪੀ ਹੋਣਾ ਬਾਰੇ ਬਘੇਲ ਸਿੰਘ ਹੋਣਾ ਬਾਰੇ ਕੁਝ ਵੀ ਬੋਲੀਏ ਉਸ ਤੋਂ ਪਹਿਲਾਂ ਇਹ ਕਹਿਣਾ ਚਾਹੁੰਦੇ ਆ ਕਿ ਨਾ ਬਘੇਲ ਸਿੰਘ ਸੱਚੀਓ ਸਾਡਾ ਚਾਚਾ ਤੇ ਨਾ ਗੋਲਦੀ ਸਾਡੀ ਮਾਸੀ ਦਾ ਮੁੰਡਾ ਹੈ ਕਿਉਂਕਿ ਅਸੀਂ ਸੋਸ਼ਲ ਮੀਡੀਆ ਤੇ ਇਹ ਚੀਜ਼ ਦੇਖ ਰਹੇ ਆ ਹਰ ਜਿਹੜਾ ਮੀਡੀਆ ਚੈਨਲ ਹੈ ਉਹਦੇ ਚੀਜ਼ ਨੂੰ ਹਾਈਲਾਈਟ ਕੀਤਾ ਜਾ ਰਿਹਾ ਆ ਤੇ ਉਹਦੇ ਬਾਰੇ ਜ਼ਰੂਰ ਪ੍ਰਤੀਕਿਰਿਆ ਦੇਣਾ ਚਾਹੁੰਦੇ ਹਾਂ ਕਿਉਂਕਿ ਜਦੋਂ ਤੁਸੀਂ ਇੱਕ ਦੂਜੇ ਦੀਆਂ ਗੱਲਾਂ ਸੁਣਦੇ ਨਾ ਤੁਹਾਡੇ ਕੋਪੜ 'ਚ ਕੁਝ ਚੀਜ਼ਾਂ ਪੈਂਦੀਆਂ ਔਰ ਤੁਹਾਨੂੰ ਫੈਸਲਾ ਲੈਣਾ ਉੱਤੇ ਬਹੁਤ ਜ਼ਰੂਰੀ ਹੁੰਦਾ ਹੈ ਔਰ ਅਗਰ ਆਈ ਡੋਂਟ ਬੀਟ ਦਾ ਬੁਸ਼ ਔਰ ਲੈਟ ਮੀ ਬ੍ਰਿੰਗ ਦਾ ਕੈਟ ਆਫ ਦਾ ਬੈਗ ਮੈਂ ਸਿੱਧੀ ਗੱਲ ਕਰਾਂ ਸਪਸ਼ਟਾ ਉਹ ਇਹ ਆ ਕਿ 골ਡੀ ਵੀਰ ਬਹੁਤ ਅੱਛਾ ਕੰਮ ਕੀਤਾ ਉਹਨਾਂ ਨੇ নো ਡਾਊਟ ਬਹੁਤ ਅੱਛਾ ਕੰਮ ਕੀਤਾ ਹੁਣ ਇਹ ਵੀ ਕਹਿ ਰਹੇ ਆ ਕਿ ਮੈਂ ਜਿਹੜੀ ਆ ਇਹ ਸਮਾਜ ਭਲਾਈ ਛੱਡ ਦੇਣੀ ਆ ਪਰ ਸਵਾਲ 골ਡੀ ਵੀਰ ਤੋਂ ਇਹੀ ਆ ਕਿ 골ਡੀ ਵੀਰ ਜੀ ਤੁਸੀਂ ਜਿਹੜਾ ਆ ਹਿਸਾਬ ਕਿਉਂ ਨਹੀਂ ਦਿੰਦੇ ਇਹ ਹਿਸਾਬ ਤੁਹਾਨੂੰ ਦੇਣਾ ਇਹ ਜਿਹੜੀ ਟੇਢੀ ਖੀਰ ਕਿਉਂ ਲੱਗ ਰਿਹਾ ਅਸੀਂ ਕੋਈ ਵੀ ਤੁਹਾਡੀ ਚੱਲਦੀ ਗੱਡੀ 'ਚ ਅੜੋੜਾ ਨਹੀਂ ਪਾਉਣਾ ਚਾਹੁੰਦੇ ਕੋਈ ਵੀ ਤੁਹਾਡੀ ਚੱਲਦੀ ਗੱਡੀ 'ਚ ਰੋੜਾ ਸਿੱਟਣਾ ਨਹੀਂ ਚਾਹੁੰਦੇ ਪਰ ਤੁਸੀਂ ਇਹ ਹਿਸਾਬ ਕਿਉਂ ਨਹੀਂ ਦੇ ਗੋਲਡ ਜੂਨ ਮੈਂ ਇੱਕ ਗੱਲ ਕਰਨੀ ਚਾਹੁੰਦਾ ਤੁਹਾਨੂੰ ਸਭ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ ਹੋ ਸਕਦਾ ਉਹਨਾਂ ਦੇ ਸ਼ੁਭਚਿੰਤਕਾਂ ਨੂੰ ਦੁੱਖ ਲੱਗੇ ਪਰ ਮੈਂ ਉਹਨਾਂ ਸ਼ੁਭਚਿੰਤਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਵੀਰੇ ਅਸੀਂ ਹਮੇਸ਼ਾ ਵੋਟ ਪਾ ਕੇ ਵੀ ਇਹੀ ਕਹਿੰਦਾ ਵੋਟ ਤਾਂ ਮੈਂ ਪਾਇਆ ਆ ਕਰਨੀਆਂ ਨੇ ਪਹਿਲਾਂ ਅੰਗਰੋਈ ਖੇ ਖਰਾਬੀ ਆ ਅਸੀਂ ਉਹ ਜਿਹੜਾ ਮੋਦੀ ਸਾਹਿਬ ਨੂੰ ਉਹਨਾਂ ਦੀ ਜਿਹੜੀ ਨਖੇਦੀ ਕਰਦੇ ਰਵਾਂਗੇ ਉਹਨਾਂ ਦੇ ਕੈਰੇਕਟਰ ਤੇ ਨੰਦਰਾ ਮਾਰਦੇ ਰਵਾਂਗੇ ਪਰ ਫਿਰ ਵੀ ਅਸੀਂ ਜੋ ਸਾਡੇ ਹਾਲਾਤ ਨੇ ਅਸੀਂ ਰੋਲ ਰਹੇ ਹਾਂ ਭੁੱਖਮਰੀ ਕਰਕੇ ਜਿਹੜੇ ਬੰਦੇ ਮਰ ਰਹੇ ਨੇ ਕੋਵਿਡ-19 ਨਾਲ ਘੱਟ ਮੌਤਾਂ ਹੋਈਆਂ ਨੇ ਜਿੰਨੀ ਜਿੰਨੀ ਜਲਦੀ ਨਾਲ ਜਿਹੜਾ ਇਹ ਜ਼ਹਿਰੀਲੀ ਸ਼ਰਾਬ ਨਾਲ ਲੋਕ ਮਰ ਗਏ ਨੇ ਪਰ ਫਿਰ ਵੀ ਅਸੀਂ ਲੋਕ Google ਤੇ ਇਹ ਦੇਖ ਕੇ ਖੁਸ਼ ਹੋ ਜਾਂਦੇ ਆ ਕਿ ਟੌਪ 5 ਅਮੀਰਾਂ 'ਚ ਸਾਡਾ ਅਮਬਾਨੀ ਵੀ ਆ ਅਸੀਂ ਕਦੇ ਆਪਣੇ ਹੱਕਾਂ ਲਈ ਨਹੀਂ ਲੜਨਾ ਅਸੀਂ ਜੋ ਸਾਨੂੰ ਸੱਚ ਨਜ਼ਰ ਆਂਦਾ ਉਹਦੇ ਲਈ ਨਹੀਂ ਲੜਨਾ ਸੋ ਦੋਸਤ ਮੈਂ ਗੋਲਡੀ ਵੀਰ ਨੂੰ ਇੱਕ ਸਰ ਐਗਜ਼ਾਮਪਲ ਥਰੂ ਇੱਕ ਚੀਜ਼ ਪੁੱਛਣਾ ਚਾਹੁੰਦਾ ਆ ਕਿ ਗੋਲਡੀ ਜੀ ਤੁਸੀਂ ਰੱਬ ਰੂਪ ਤੁਹਾਡੇ ਵਰਗਾ ਦੁਨੀਆ ਤੇ ਬੰਦਾ ਹੀ ਨਹੀਂ ਜੰਮਿਆ ਤੁਸੀਂ ਬਹੁਤ ਲੋਕਾਂ ਦੀ ਮਦਦ ਕੀਤੀ ਆ ਸਿਰਫ ਇੱਕ ਐਗਜ਼ਾਮਪਲ ਮੇਰੀ ਸੁਣੀਓ ਕਿਉਂਕਿ ਤੁਸੀਂ ਤਾਂ ਦੇਰ ਰਾਤ ਨਾਕਿਆਂ ਤੇ ਖੜੇ ਰਹਿੰਨੇ ਆ ਸਵੇਰੇ ਤੁਹਾਡੇ ਕੋ ਉੱਠਣ ਦਾ ਟਾਈਮ ਨਹੀਂ ਨਹਾਉਂਦੇ ਵੀ ਨਹੀਂ ਤੁਸੀਂ ਐਦਾ ਹੀ ਆ ਜਿਹੜਾ ਆਮ ਪਬਲਿਕ ਦੀ ਸੇਵਾ ਕਰਨ ਵਰਦੀ ਪਾ ਕੇ ਚਲੇ ਜਾਂਦੇ ਤੁਹਾਡੇ ਕੋ ਇੰਨਾ ਟਾਈਮ ਵੀ ਨਹੀਂ ਤੁਸੀਂ ਲਾਉ ਮੈਂ ਕੀ ਵਿਅੰਗ ਕਰ ਰਿਹਾ ਸਮਝਣ ਵਾਲੇ ਸਮਝ ਲੈਣਗੇ ਤੇ 골ਡੀ ਜੀ ਤੁਸੀਂ ਸਪੋਜ਼ ਕਰੋ ਰਾਤ ਨੂੰ ਨਾਕੇ ਤੇ ਖੜੇ ਆ ਕੋਈ ਜੰਮੂ ਕਸ਼ਮੀਰ ਤੋਂ ਸੇਵ ਲੈ ਕੇ ਆਇਆ ਸਾਰੀ ਕਾਰਟੂਨ ਜਿਹੜੇ ਆ ਉਹ ਸੇਵ ਦੀ ਪੇਟੀਆਂ ਨਾਲ ਭਰੇ ਹੋਏ ਆ ਤੇ ਉਹਦੇ ਵਿੱਚ ਇੱਕ ਜਿਹੜੀ ਸ਼ਰਾਬ ਦੀ ਪੇਟੀ ਵੀ ਨਿਕਲ ਜਾਂਦੀ ਆ ਹੁਣ ਤੁਸੀਂ ਤਾਂ ਰੱਬ ਰੂਪ ਤੁਸੀਂ ਤਾਂ ਬੰਦੇ ਨੂੰ ਕੁਝ ਕਹਿਣਾ ਨਹੀਂ ਜਦ ਤੁਹਾਡੇ ਨਾਲ ਦੇ ਕਰਮਚਾਰੀ ਨੇ ਉਹਦੇ ਪਟਾ ਫੇਰਨਾ ਪਟਾ ਫੇਰ ਕੇ ਥੱਕ ਜਾਣਾ ਉਹ ਬੰਦੇ ਨੇ ਤੁਹਾਡੇ ਕੋਲ ਆ ਕੇ ਗੋਲਦੀ ਵੀਰ ਤੁਸੀਂ ਤਾਂ ਰੱਬ ਰੂਪ ਮੈਨੂੰ ਬਚਾਓ ਤੇ ਤੁਸੀਂ ਇਹ ਕਹਿਣਾ ਕਿ ਆਪਣੇ ਸਾਥੀਆਂ ਨੂੰ ਕਿ ਵੀਰੋ ਇਹ ਬੰਦਾ ਗਲਤ ਨਹੀਂ ਆ ਇਹ ਮੇਤੇ ਭਰੋਸਾ ਕਰਦਾ ਆ ਆਓ ਆਪਾਂ ਇਹਨੂੰ ਅਕਾਲ ਤਖਤ ਸਾਬ ਲੈ ਲੈਨੇ ਆ ਲੈ ਜਾਂਨੇ ਆ ਇਹਨੇ ਅਕਾਲ ਤਖਤ ਜਾ ਕੇ ਅਗਰ ਸੌ ਖਾ ਲਈ ਤਾਂ ਇਹ ਬੰਦਾ ਬੇਕਸੂਰ ਆ ਇਹਦੀ ਗੱਡੀ ਵਿੱਚ ਪੇਟੀ ਕਿਸ ਨੇ ਹੋਰ ਰੱਖੀ ਆ ਤਾਨੂੰ ਲੱਗਦਾ ਇਹ ਗੱਲ ਹੋ ਸਕਦੀ ਹੈ ਇਹ ਗੱਲ ਜਾਇਜ਼ ਆ ਜਬ ਬਚਪਨ ਵਿੱਚ 골ਡੀ ਨੇ ਜਦ ਵੀ ਆਪਣੇ ਡੈਡੀ ਤੋਂ ਕਦੀ ਖਰਚਾ ਮੰਗਿਆ ਹੋਵੇਗਾ ਜੇ ਉਹਦੇ ਡੈਡੀ ਨੇ ਘਰ ਆ ਕੇ ਇਹ ਕਿਹਾ ਹੋਵੇਗਾ ਕਿ ਪੁੱਤ ਹਿਸਾਬ ਦੇ ਤਾਂ 골ਡੀ ਨੇ ਇਹ ਕਿਹਾ ਹੋਊਗਾ ਚੱਲ ਡੈਡੀ ਗੁਰਦੁਆਰਾ ਸਭ ਚੱਲਦੇ ਆ ਜਾਂ ਡੈਡੀ ਆਪਾਂ ਚੱਲਦੇ ਆ ਅਕਾਲ ਤਖਤ ਸਭ ਇਦਾਂ ਹੁੰਦਾ ਨਹੀਂ ਹੁੰਦਾ ਸੋ 골ਡੀ ਜੀ ਮਤਨੂੰ ਲੱਗਦਾ ਕਿ ਮੰਗ ਬਹੁਤ ਜਾਇਜ਼ ਆ ਪਰ ਜਿਹੜੇ ਤੁਸੀਂ ਹਿਸਾਬ ਨਹੀਂ ਦੇ ਰਹੇ ਇੱਥੇ ਤਾਂ ਉਹੀ ਪੁਰਾਣੀ ਕਹਾਵਤ ਨਜ਼ਰ ਆ ਰਹੀ ਆ ਕਿ ਖਾਣਾ ਗੁਰਦੁਵਾਰੇ ਤੇ ਭੌਂਕਣਾ ਮਸੀਤੀ ਠੀਕਾ ਵੇਲੇ ਦੀਆਂ ਨਮਾਜ਼ਾਂ ਤੇ ਕਵੇਲੇ ਦੀਆਂ ਟੱਕਰਾਂ ਤੁਹਾਡੀਆਂ ਬਹੁਤ ਹੀ ਰਿਕਾਰਡਿੰਗਾਂ ਸਾਹਮਣੇ ਆ ਰਹੀਆਂ ਜਿਵੇਂ ਹੁਣ ਤੁਸੀਂ ਮੁਨਖਤਾ ਦੀ ਸੇਵਾ ਵਾਲਿਆਂ ਕੋ ਗਏ ਉਹਨਾਂ ਨੂੰ ਕਿਹਾ ਕਿ ਮੇਰੇ ਫੇਵਰ ਜਿ ਇੱਕ ਵੀਡੀਓ ਬਣਾ ਦੋ ਲੋੜ ਕੀ ਆਪਾਂ ਥਾਂ ਥਾਂ ਤੇ ਜਾਂਦੇ ਆ ਲੋੜ ਕੀ ਆ ਸਾਨੂੰ ਆਪਾਂ ਥਾਂ ਥਾਂ ਤੇ ਜਾਂਦੇ ਆ ਆਪਾਂ ਕਿਉਂ ਨਹੀਂ ਸਾਹਮਣੇ ਆ ਕੇ ਕਹਿੰਦੇ ਕਿ ਮੇਰੇ ਕੋ ਆਹ ਹਸਾਬ ਲੈ ਲਓ ਆਪਾਂ ਉਸ ਇੰਡੀਆ 'ਚ ਰਹਿ ਰਹੇ ਆ ਜਿੱਥੇ ਹਰ ਚੀਜ਼ ਝਾਲੀ ਬਣ ਜਾਂਦੀ ਹੈ ਥੋੜੇ ਕੋਈਆਂ ਟਾਈਮ ਹੋ ਗਿਆ ਹਸਾਬ ਕਿਉਂ ਨਹੀਂ ਬਣ ਰਿਹਾ ਉਹਦਾ ਰੀਜ਼ਨ ਕੀ ਹੈ ਰੀਜ਼ਨ ਇਹ ਆ ਕਿ ਗੱਗੂ ਵੀਰ ਦੀ ਮੈਂ ਪਿਛਲੇ ਇੱਕ ਵੀਡੀਓ ਦੇਖੀ ਸੀ ਉਹਨਾਂ ਨੇ ਕਿਹਾ ਕਿ ਪਿਛਲੇ 3 ਸਾਲਾਂ ਚ ਉਹਨਾਂ ਨੂੰ 23 ਕਰੋੜ ਰੁਪਇਆ ਆ ਗਿਆ ਜਿਸ ਪੈਸੇ ਨਾਲ ਉਹਨਾਂ ਨੇ ਜਿਹੜਾ ਬਟਾਲੇ ਵਿੱਚ ਹਸਪੀਟਲ ਜਿਹੜਾ ਬਣਾਇਆ ਆ 23 ਕਰੋੜ ਰੁਪਇਆ ਗੱਗੂ ਵੀਰ ਨੂੰ ਆਇਆ ਔਰ ਇਹਨਾਂ ਦੇ ਕੰਪੈਰੀਜ਼ਨ ਉਹਨਾਂ ਦੀ ਪੋਪੂਲੈਰਿਟੀ ਇੰਨੀ ਨਹੀਂ ਸੀ ਹਾਲਾਂਕਿ ਮੈਂ ਖੁਦ ਉਹਨਾਂ ਤੋਂ ਜਾਣੂ ਆ ਜਿਹੜਾ ਉਹਨਾਂ ਤੇ ਜਿਹੜਾ ਪਰਚਾ ਹੋਇਆ ਉਦੋਂ ਹੋਇਆ ਜਦੋਂ ਮਿੰਟੂ ਗਸਰੀਆ ਨੇ ਉਹਨਾਂ ਦੇ ਫੇਵਰ ਚ ਵੀਡੀਓ ਪਾਈ ਤੇ ਇਹ ਲੋਕਾਂ ਦੀ ਵੀਡੀਓ ਮਿਲੀਅਨ ਮਿਲੀਅਨ ਤੱਕ ਜਾਂਦੀ ਆ ਮਿਲੀਅਨਸ ਤੱਕ ਕੁਝ ਵੀ ਨਹੀਂ 4-4 5-5 ਮਿ ਤੇ ਇਹ ਲੋਕ ਕਹਿ ਰਹੇ ਨੇ ਅਸੀਂ ਜਵਾਬ ਦੇ ਨਹੀਂ ਕਿ ਕਿਤੇ ਨਾ ਕਿਤੇ ਗਲਤੀ ਜ਼ਰੂਰ ਹੈ ਹੁਣ ਮੈਂ ਗੱਲ ਕਰਦਾ ਮਨਦੀਪ ਕੌਰ ਟੰਗਰਾ ਹੁਣ ਬਾਰੇ ਆਈ ਐਮ ਸੌਰੀ ਅਗਰ ਮੈਂ ਉਹਨਾਂ ਦੇ ਜਿਹੜਾ ਪ੍ਰੋਨਨਸੀਏਸ਼ਨ ਸਹੀ ਨਾ ਕੀਤਾ ਹੋਵੇ ਉਹਨਾਂ ਦੇ ਸਰਨੇਮ ਨੂੰ ਮਨਦੀਪ ਕੌਰ ਸਿੱਧੂ ਆਪਾਂ ਇੱਕ ਦੋ ਮਿੰਟ ਕਹਿ ਲੈਨੇ ਆ ਉਹ ਜੋ ਉਹਨਾਂ ਦਾ ਨਾਮ ਆ ਮਨਦੀਪ ਕੌਰ ਸਿੱਧੂ ਦੇ ਬਾਰੇ ਆਪਾਂ ਗੱਲ ਕਰਦੇ ਆ ਤਹਿਲਕਾ মিডিਆ ਇੱਕ ਜਿਹੜਾ ਆ ਚੈਨਲ ਆ ਉੱਥੇ ਕੈਨੇਡਾ ਵਿੱਚ ਉਹਦੇ ਤੇ ਉਹਨਾਂ ਨਾਲ ਕੋਈ ਗੱਲਬਾਤ ਕਰ ਰਹੀ ਸੀ ਤਾਂ ਬਖੇਲ ਸਿੰਘ ਹੋਣੀ ਉਹਨਾਂ ਨਾਲ ਗੱਲਬਾਤ ਕਰ ਰਹੀ ਸੀ ਉੱਥੇ ਦੇ ਐਂਕਰ ਗੱਲ ਕਰ ਰਹੀ ਸੀ ਪੱਡਾ ਸਾਹਿਬ ਲੋਕ ਸੱਜਣ ਬ੍ਰੈਂਪਟਨ ਤੋਂ ਉਹਨਾਂ ਨੇ ਕਾਲ ਕੀਤੀ ਉਹਨਾਂ ਨੇ ਕਿਹਾ ਕਿ ਬੀਬੀ ਮੈਂ ਜਰ ਤੁਹਾਨੂੰ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਇੰਨਾ ਕਹਿਣਾ ਜਾਨਾ ਕਿ ਤੁਸੀਂ ਆਪਣੇ ਪਰਸਨਲ ਜੇਬ ਚੋਂ ਖਰਚਾ ਕਰੋ ਜਿੰਨਾ ਤੁਸੀਂ ਕਰੋਗੇ ਮੈਂ ਦੁੱਗਣਾ ਕਰੂੰਗਾ ਤੁਸੀਂ ਲੱਖ ਕਰੋਗੇ ਮੈਂ ਦੋ ਕਰੂੰਗਾ ਦੋ ਕਰੋਗੇ ਚਾਰ ਕਰੂੰਗਾ ਚਾਰ ਕਰੋਗੇ ਅੱਠ ਕਰੂੰਗਾ ਤੁਸੀਂ 20 ਕਰੋਗੇ ਮੈਂ 40 ਕਰੂੰਗਾ ਹੁਣ ਮੈਂ ਇੱਥੇ ਆਮ ਪਬਲਿਕ ਨੂੰ ਇੱਕ ਸਮਝਾਉਣ ਦੀ ਗੱਲ ਕਰ ਰਿਹਾ ਵੀਰੋ ਸਮਝਿਓ ਸ਼ੀ ਸੈਡ ਕਿ ਮੈਂ ਸਕਸ਼ਮ ਹਾਂ ਮੈਂ ਕੇਪੇਬਲ ਹਾਂ ਮੇਰੇ ਕੋਲ 6 ਜਸਾ I don't know exactly 6 ਗੱਡੀਆਂ ਨੇ 2.5 ਤੋਂ 3 ਕਰੋੜ ਦੀ ਮੈਂ ਹਰ ਸਾਲ ਰਿਟਰਨ ਭਰਦੀ ਆ ਪਰ ਬੀਬੀ ਨੇ ਇੱਕ ਵਾਰ ਨਹੀਂ ਕਿਹਾ ਕਿ ਮੈਂ ਕੋਲੋਂ 50000 ਦੇ ਦੇਨੀ ਆ ਜਾਂ ਮੈਂ ਲੱਖ ਦੇ ਦੇਨੀ ਆ ਜਾਂ 2.5 ਦੇ ਦੇਨੀ ਆ ਜਾਂ 5 ਦੇ ਦੇਨੀ ਆ ਬੀਬੀ ਨੇ ਇਹੀ ਕਿਹਾ ਕਿ ਯੂ ਆ ਡ੍ਰੈਗਿੰਗ ਮੀ ਤੁਸੀਂ ਮੈਨੂੰ ਗ੍ਰਿਲ ਕਰ ਰਹੇ ਹੋ ਮਤਲਬ ਤਿੰਨ ਜਾਣੇ ਮੈਨੂੰ ਤੁਸੀਂ ਜਿਹੜਾ ਮੇਰੇ ਤੇ ਹਾਵੀ ਹੋ ਰਹੇ ਹੋ ਪਰ ਬੀਬੀ ਜੀ ਆਪਾਂ ਕੀ ਹਮੇਸ਼ਾ ਐਨਆਰਆਈਆਂ ਦਾ ਮੂੰਹ ਹੀ ਤੱਕਣਾ ਕਿ ਤੁਸੀਂ ਸਾਨੂੰ ਪੈਸੇ ਦੋ ਆਪਾਂ ਹਮੇਸ਼ਾ ਐਨਆਰੀਆਂ ਤੋਂ ਹੀ ਕੋਟੇਸ਼ਨ ਲੈਣੀ ਆ ਸੀ ਖੁਦ ਦਾਨ ਕਿਉਂ ਨਹੀਂ ਕਰਦੇ ਮੈਂ ਤੁਹਾਡੀ ਜਗ੍ਹਾ ਹੁੰਦਾ ਨਾ ਮੈਨੂੰ 2.5 ਕਰੋੜ ਦੀ ਇਨਕਮ ਹੁੰਦੀ ਔਰ ਮੇਤੇ ਐਲੀਗੇਸ਼ਨ ਲੱਗਾ ਹੁੰਦਾ ਗਾਰੰਟੀ ਦਿੰਦਾ ਮੈਡਮ ਮੈਂ ਕਹਿੰਦਾ ਚਲ ਬਹੁਤਾ ਨਹੀਂ 20 ਲੱਖ ਦਿੰਦਾ 10% ਦੇ ਦਿੰਦਾ ਸਾਲ ਦਾ ਹੀ ਆ ਮੈਂ ਬੱਚੇ ਨੂੰ ਬੂਟ ਪਵਾ ਦਿੰਦਾ ਪਰ ਤੁਹਾਨੂੰ ਜਵਾਬ ਨਹੀਂ ਆਇਆ ਇਹ ਕਿਤੇ ਨਾ ਕਿਤੇ ਸਵਾਲਿਆ ਨਿਸ਼ਾਨ ਆ ਇਹ ਪ੍ਰਸ਼ਨ ਆ ਕਿ ਅਸੀਂ ਸਿਰਫ ਐਨਆਰੀਆਂ ਨੂੰ ਹੀ ਝਾਂਕਣਾ ਅਸੀਂ ਸਿਰਫ ਆਮ ਬੰਦਿਆਂ ਤੋਂ ਹੀ ਜਿਹੜੇ ਪੈਸੇ ਵਸੂਲਣੇ ਹੁਣ ਆਮ ਬੰਦੇ ਕਿਵੇਂ ਵਸੂਲ ਕਰਦੇ ਮੈਂ ਤੁਹਾਨੂੰ ਦੱਸਦਾ ਅਸੀਂ ਇੱਕ ਵੀਡੀਓ ਪਿੱਛੇ ਜੇ ਨਵੇਂ ਸ਼ਰਤ ਸਾਡੇ ਨਾਲ ਇੱਕ ਐਨਜੀਓ ਵਾਲੇ ਜੁੜੇ ਉਹਨਾਂ ਨੇ ਕਿਹਾ ਕਿ ਸਾਡੇ ਇੱਕ ਕਿਡਨੀ ਪੇਸ਼ੈਂਟ ਨੇ ਉਹਨਾਂ ਲਈ ਕੁਝ ਜਿਹੜਾ ਤੁਸੀਂ ਆਪਣੇ ਵੀਡੀਓ ਬਣਾਓ ਤੇ ਹੋ ਸਕਦਾ ਸਾਨੂੰ ਜਿਹੜੇ ਸਪਾਂਸਰਸ ਮਿਲਣ ਤੇ ਚਲੋ ਅਸੀਂ ਇੱਕ ਵੀਡੀਓ ਬਾਈ ਅਸੀਂ ਉਸ ਟਾਈਮ ਇੰਨੇ ਕਿ ਚਿੰਤਾ ਵਿੱਚ ਆ ਗਏ ਕਿ ਸਾਨੂੰ ਕੋਈ ਡੋਨਰ ਨਹੀਂ ਮਿਲ ਰਿਹਾ ਚਲੋ ਅਸੀਂ ਆਪ ਪੈਸੇ ਜੋੜ ਕੇ ਘੱਟੋ ਘੱਟ ਨਾਲ ਇੱਕ ਡੈਲਸਿਸ ਕਰਾਈਏ ਪਰ ਹੋਇਆ ਕਿ ਸਾਡੇ ਨਾਲ ਕੋਈ ਬੰਗਿਆਂ ਤੋਂ ਸ਼ੁਭਚਿੰਤਕ ਸੀ ਜੁੜੇ ਉਹਨਾਂ ਨੇ 2100 ਦੇ ਦਿੱਤਾ ਖੜੇ ਪੈਰ ਮੈਂ ਤੇ ਮੇਰਾ ਜਿਹੜਾ ਸਹਿਯੋਗੀ ਆ ਅਸੀਂ ਮੋਟਰਸਾਈਕਲ ਚੱਕਿਆ ਕੋਲੋਂ 100 ਰੁਪਿਆ ਪਵਾਇਆ ਜਾਂ ਕਿ 2100 ਰੁਪਿਆ ਜਿਹੜਾ ਆ ਹਸਪੀਟਲ ਜਮ੍ਹਾਂ ਕਰਾਤਾ ਫਿਰ ਕੋਈ ਦੂਜਾ ਡੋਨਰ ਮਿਲਿਆ ਉਹਨੇ 7000 ਕੀਤਾ ਉਹਦੀ ਗੱਡੀ 'ਚ ਬਹਿ ਕੇ ਮੈਂ ਗਿਆ 7000 ਰੁਪਿਆ ਜਿਹੜਾ ਆਪਾਂ ਉਹ ਵੀ ਹਸਪੀਟਲ ਜਮ੍ਹਾਂ ਕਰਾਤਾ ਬੜੀ ਜ਼ਿੰਮੇਵਾਰੀ ਦੀ ਗੱਲ ਹੈ ਪਰ ਇਹਨਾਂ ਮੀਨਵਾਈਲ ਮੈਨੂੰ ਨਹੀਂ ਪਤਾ ਕੀ ਹੋਇਆ ਐਨਜੀਓ ਵਾਲੇ ਦੇ ਦਿਮਾਗ 'ਚ ਇਹ ਗੱਲ ਲੱਗੀ ਉਹ ਕਹਿੰਦਾ ਇਹ ਪੇਸ਼ੈਂਟ ਤਾਂ ਮੇਰਾ ਆ ਉਹਦੀ ਇੱਕ ਵੀਡੀਓ ਆਈ ਇਹ ਪੇਸ਼ੈਂਟ ਤਾਂ ਮੇਰਾ ਆ ਆਈ ਡੋਨਟ ਨੋ ਇਦਾਂ ਕਿਉਂ ਹੁੰਦਾ ਐ ਇੱਥੇ ਕਿ ਇਹ ਇੱਥੇ ਮੈਂ ਛੱਤ ਪਵਾਣੀ ਆ ਇੱਥੇ ਮੈਂ ਛੱਤ ਪਵਾਣੀ ਆ ਇਹ ਤਾਂ ਉਹੀ ਗੱਲ ਆ ਕਿ ਸਾਡੀਆਂ ਤਾਰੀਫਾਂ ਹੀ ਕਰੋ ਬਾਈ ਤੂੰ ਘੈਂਟ ਆ ਤੂੰ ਸਿਰਾਂ ਆ ਤੇ ਸਾਡੀਆਂ ਤਾਰੀਫਾਂ ਦੇ ਨਾਲ ਨਾਲ ਮੂੰਹ ਤੇ ਖੰਡ ਰੱਖਿਓ ਸੇਵਾ ਕਰਾਂਗੇ ਜ਼ਰੂਰ ਪਰ ਜਾਰੀ ਫੰਡ ਰੱਖਿਓ ਮਤਲਬ ਤੁਸੀਂ ਫੰਡ ਜਾਰੀ ਰੱਖਣੇ ਆ ਤੇ ਸੇਵਾ ਅਸੀਂ ਕਰਨੀ ਆ ਜਾਂ ਮੇਵਾ ਆਈ ਡੋਟ ਨੋ ਤੁਸੀਂ ਸਮਝਦਾਰ ਹੋ ਮੈਂ ਡਾਇਰੈਕਟਲੀ ਨਹੀਂ ਕਹਣਾ ਚਾਹੁੰਦਾ ਇੱਥੇ ਮੈਂ ਇੱਕ ਐਗਜ਼ਾਮਪਲ ਹੋਰ ਦੇਣੀ ਚਾਹਨਾ ਮੈਂ ਬੜਾ ਸ਼ੁਭਜਨ ਤੱਕ ਬਣ ਜਾਣਾ ਸੀ ਸ਼ਾਇਦ 골ਡੀ ਹੋਣਾ ਦਾ ਅਗਰ ਆ ਵਿਵਾਦ ਨਾ ਉੱਠਦਾ ਗੋਲਡੀ ਉਹਨਾਂ ਦੀ ਇੱਕ ਵੀਡੀਓ ਆਈ ਸੀ ਡੇਲੀ ਪੋਸਟ ਤੇ ਮੈਂ ਨਾਮ ਵੀ ਲੈ ਰਿਹਾ ਕੋਈ ਇਦਾਂ ਦੀ ਗੱਲ ਨਹੀਂ ਆ ਜਿਹੜੀ ਸੱਚਾਈ ਆ ਸੱਚਾਈ ਆ ਆਪਾਂ ਨੂੰ ਤੋਂ ਕੋਈ ਡਰ ਨਹੀਂ ਆਪਾਂ ਉਹਦੇ ਪਿੱਛੇ ਨਹੀਂ ਹਟਦੇ ਆਮ ਨਾਟ ਅ ਚਿਕਨ ਹਾਰਟਡ ਮੈਨ ਐਂਡ ਆਮ ਅ ਕੂਲ ਹੈਡਡ ਮੈਨ ਤੇ ਕੋਈ ਇਦਾਂ ਦੀ ਡਰ ਡਰ ਵਾਲੀ ਗੱਲ ਨਹੀਂ ਆ ਕਰੇ ਜੇ ਆ ਪਰ ਆਪਾਂ ਉਹਨੂੰ ਬੈਲੈਂਸ ਕਰਕੇ ਬੋਲ ਰਹੇ ਆ ਸੱਚਾਈ ਬੋਲ ਰਹੇ ਆ ਹੁਣ ਉੱਥੇ ਗੋਲਡੀ ਬੀਪੀਜੀ ਬੜੀ ਟੌਰ ਨਾਲ ਆਇਆ ਇੱਕ ਮੇਰੇ ਖਿਆਲ ਸਾਡੀ ਭੈਣ ਸੀ ਕੋਈ ਉਹਨਾਂ ਦਾ ਡਿਵੋਰਸ ਦਾ ਕੇਸ ਸੀ ਤਿੰਨ ਬੱਚੀਆਂ ਨੇ ਗੋਲਡੀ ਜੋ ਉੱਥੇ ਆ ਕੇ ਕਹਿੰਦੇ ਨੇ ਕਿ ਪੈਣ ਘਬਰਾ ਨਾ ਤੇਰਾ ਭਰਾ ਆ ਗਿਆ ਜੇਬ ਚ 50000 ਜਾਂ 60000 ਆ ਆਈ ਐਗਜ਼ੈਕਟਲੀ ਡੋਨਟ ਰਿਮੈਂਬਰ ਕਿੰਨਾ ਸੀ ਕੱਢ ਕੇ ਉਹਨਾਂ ਤਲੀ ਚ ਰੱਖਦੇ ਨੇ ਤੇ ਉਹ ਜਿਵੇਂ ਹਾਈਲਾਈਟ ਕਰਦੇ ਨੇ ਡੇਲੀ ਪੋਸਟ ਵਾਲੇ ਤੇ ਮੈਂ ਵੀਡੀਓ ਥੋੜਾ ਉਹਨੂੰ ਫਾਰਵਰਡ ਕਰ ਕਰਕੇ ਦੇਖ ਲਿਆ ਤੇ ਮੈਂ ਬਾਅਦ ਚ ਆਪਣੀ ਟੀਮ ਨਾਲ ਗੱਲ ਕੀਤੀ ਮੈਂ ਕਿਹਾ ਯਾਰ ਸਵਾਦ ਆ ਗਿਆ ਬੰਦਾ ਕਿੰਨਾ ਵਧੀਆ ਇਹਦੀ 35 ਜਾਂ 40000 ਸੈਲਰੀ ਹੋਣੀ ਹੈ 60000 ਕੱਢ ਕੇ ਬੰਦੇ ਨੇ ਰੱਖ ਦਿੱਤਾ ਤੇ ਮੇਰੀ ਟੀਮ ਵਾਲੇ ਕਹਿੰਦੇ ਉਹ ਭੋਲਿਆ ਇਹ ਇਹਨੇ ਨਹੀਂ ਦਿੱਤੇ ਇਹ ਐਨਆਰਆਈਆਂ ਨੇ ਭੇਜੇ ਆ ਆਉਅ ਸਰਪ੍ਰਾਈਜ਼ ਐਂਡ ਆ ਵਾਸ ਵੰਡਰਿੰਗ ਕਿ ਇਹ ਬੰਦੇ ਨੇ ਇੰਨਾ ਕਿਹਾ ਕਿ ਤੇਰੇ ਭਰਾ ਨੇ ਦੇਤੇ ਤੇਰਾ ਭਰਾ ਤੇਰੀ ਹੁਣ ਜਿਹੜੀ ਕਾਰਜਗੁਜ਼ਾਰੀ ਦੇਖੂਗਾ ਤੂੰ ਡਰਨਾ ਨਹੀਂ ਕਾਬਰਨਾ ਨਹੀਂ ਤੇਰੇ ਬੱਚੇ ਨੂੰ ਮੈਂ ਪੜਾਉਂਗਾ ਉੱਥੇ ਡਾਇਲੋਗ ਇਹ ਵੀ ਹੋ ਸਕਦਾ ਸੀ ਯੈਸ ਡਾਇਲੋਗ ਇਹ ਵੀ ਹੋ ਸਕਦਾ ਸੀ ਕਿ ਭੈਣ ਐਨ ਆਰ ਆਈ ਵੀਰਾਂ ਨੇ ਪੈਸੇ ਭੇਜੇ ਆ ਉਹਨਾਂ ਦਾ ਸਹਿਯੋਗ ਰਿਹਾ ਤਾਂ ਆਪਾਂ ਜ਼ਰੂਰ ਤੇਰੀ ਬੱਚਿਆਂ ਨੂੰ ਪੜ੍ਹਾਵਾਂਗੇ ਤੇਰਾ ਨਾਮ ਉੱਚਾ ਹੋਏਗਾ ਤੇਰੀ ਬੱਚੀਆਂ ਪੜ੍ਹ ਲਿਖ ਕੇ ਤੇਰਾ ਨਾਮ ਉੱਚਾ ਕਰਨਗੀਆਂ ਪਰ ਉੱਥੇ ਹੋਇਆ ਕਿ 60000 ਰੁਪਏ ਮੈਂ ਦਿੱਤਾ ਔਰ ਜੇ 골ਡੀ ਬੀਬੀ ਜੀ ਵਧੀਆ ਹੁੰਦੇ ਨਾ ਮੇਰੇ ਸਾਹਮਣੇ ਜ਼ਰੂਰ ਐਦਾ ਕਹਿੰਦੇ ਕਿ ਭੈਣ ਆ 50000 ਰੁਪਿਆ ਐਨਆਰਆਈ ਵੀਰ ਵੱਲੋਂ ਆ ਮੇਰੇ ਵੱਲੋਂ ਮੇਰੀ ਤਨਖਾਹ ਚੋਂ 3000 ਜਾਂ 4000 ਤਾਂ ਲੱਗਦਾ ਬੰਦਾ ਕੁਝ ਕਰ ਰਿਹਾ ਹੈ ਹੁਣ 골ਡੀ ਬੀਬੀ ਘਰ ਆ ਮੈਂ ਸੇਵਾ ਹੀ ਨਹੀਂ ਕਰਨੀ ਤਾਂ 골ਡੀ ਬੀਬੀ ਜੀ ਤੁਸੀਂ ਪਾਸ ਤੇ ਗੱਲ ਸੁਣੀ ਹੋਣੀ ਆ ਕਿ ਯੁੱਗ ਪਲਟਣ ਵਾਲੇ ਲੋਕ ਕਦੇ ਵੀ ਬਿਮਾਰ ਹੋ ਕੇ ਨਹੀਂ ਮਰਦੇ ਹਤਾਸ਼ ਨਾ ਹੋ ਸੱਚੇ ਹੋ ਤਾਂ ਸਾਹਮਣੇ ਆਓ ਯਾਰ ਕਿਹੜੀ ਗੱਲ ਐ ਕਹੋ ਕਿ ਮੈਂ ਮੈਂ ਦਾਨਪੁਰਨ ਦੇ ਜਿਹੜਾ ਆਮ ਪਬਲਿਕ ਦਾ ਜਿਹੜਾ ਮੈਂ ਪੈਸਾ ਸਹੀ ਜਗ੍ਹਾ ਤੇ ਲਾਇਆ ਮੈਂ ਇਹ ਕਹਿੰਦਾ ਤੁਸੀਂ ਆਪਣੇ ਪਿੰਡ ਜਿਹੜੀ ਭਰਤੀ ਪੁਵਾਈਆਂ ਟਰੈਲੀਆਂ ਦੀ ਉਹਦਾ ਹੀ ਗੱਲ ਹਿਸਾਬ ਦੇ ਤੋ ਤੁਹਾਡੇ ਤੋਂ ਉਹ ਵੀ ਨਹੀਂ ਦੇ ਹੋਣਾ ਕਿਉਂਕਿ ਤੁਸੀਂ ਕੱਚੇ ਨਜ਼ਰ ਆ ਰਹੇ ਹੋ ਅਸੀਂ ਜ਼ਰੂਰ ਪ੍ਰਮਾਤਮਾ ਅਕੀ ਬੇਨਤੀ ਕਰਦੇ ਤੁਸੀਂ ਸੱਚੇ ਸਾਬਤ ਹੋਵੋ ਪਰ ਯਾਰ ਇਹੋ ਕੱਚੇ ਸਾਬਦੋ ਕਿ ਸਾਰੇ ਐਨਜੀਓ ਨੂੰ ਜਿਹੜਾ ਉਦੋਂ ਤੇ ਤੁਸੀਂ ਮੱਥੇ ਤੇ ਬਲੈਕ ਸਟਿਗਮਾ ਲਾ ਦਿੱਤਾ ਆ ਤੁਸੀਂ ਹਰੇਕ ਦੇ ਸਿਰ ਤੇ ਕਲੰਕ ਲਾ ਦਿੱਤਾ ਆ ਐਂਡ ਆਈ ਐਕਚੁਅਲੀ ਫੀਲ ਪਿਟੀ ਫਾਰ ਓਵਰ ਸੀਸ ਪੀਪਲ ਜਿਹੜੇ ਵਿਦੇਸ਼ਾਂ 'ਚ 18-18 ਘੰਟੇ ਰਹਿੰਦੇ ਨੇ ਤੇ ਸਾਨੂੰ ਇੱਕ ਇੱਕ ਡਾਲਰ ਪਾ ਕੇ ਦਿੰਦੇ ਨੇ ਮੈਂ ਉਹਦੀ ਗੱਲ ਕਰਦਾ ਕਿਉਂ ਲੋਕੀ ਦਾਨ ਕਿਉਂ ਦਿੰਦੇ ਨੇ ਔਰ ਕਿਵੇਂ ਇਮੋਸ਼ਨ ਲੋਕ ਇਹ ਦਿੰਦੇ ਨੇ ਮੇਰਾ ਇੱਕ ਸਹਿਯੋਗੀ ਉਹਨੇ ਮੈਨੂੰ ਦੱਸਿਆ ਕਿ ਇੱਕ ਬੰਦੇ ਦੀ 7000 ਤਨਖਾਹ ਉਹਨੂੰ ਪਤਾ ਲੱਗੇ ਕੋਈ ਬਿਮਾਰ ਹੈ ਤਾਂ ਕਹਿੰਦਾ ਮੈਨੂੰ ਪੁੱਛਣ ਲੱਪਿਆ ਯਾਰ ਇਹ ਅਕਾਊਂਟ 'ਚ ਕਿੱਦਾਂ ਪੈਸੇ ਦਿੱਤੇ ਜਾਂਦੇ ਨਹੀਂ ਉਹਦੀ 7000 ਤਨਖਾਹ ਤੇ ਉਹ 500 ਰੁਪਿਆ ਕਿਸੇ ਨੂੰ ਡੋਨੇਸ਼ਨ ਦੇਣਾ ਚਾਹੁੰਦਾ ਸੀ ਜਿਹੜੇ ਬੰਦੇ 7000 ਤਨਖਾਹ ਉਹ 500 ਰੁਪਿਆ ਕੱਢ ਸਕਦਾ ਤੇ ਜਿਹੜੇ ਲੱਖਾਂ ਕਰੋੜਾਂ 'ਚ ਕਮਾਉਂਦੇ ਆ ਉਹਨਾਂ ਦੇ ਦਿਲ 'ਚ ਪੰਜਾਬ ਲਈ ਕਿੰਨੀ ਹਮਦਰਦੀ ਆ ਔਰ ਮੈਂ ਵਿਲੈਤੀਆਂ ਨੂੰ ਇਹ ਕਹਿਣਾ ਚਾਹਨਾ ਭਰਾਵੋ ਆਪਣਾ ਪਿੰਡ ਸੰਭਲੋ ਠੀਕ ਆ ਆਪਣਾ ਪਿੰਡ ਸੰਭਲੋ ਇੱਥੇ ਕਿਸੇ ਨੂੰ ਤੁਹਾਡੀ ਕੋਈ ਕਦਰ ਨਹੀਂ ਆ ਹੁੰਦੀ ਤਾਂ ਹੁਣ ਤੱਕ ਹਿਸਾਬ ਆ ਜਾਣਾ ਅਸੀਂ ਕਿਸੇ ਦੇ ਖਿਲਾਫ ਜੇ ਕਿਸੇ ਨੂੰ ਲੱਗਿਆ ਬੋਲਿਆ ਤਾਂ ਬੋਲਿਆ ਪਰ ਅਸੀਂ ਸੱਚ ਬੋਲਿਆ ਕਫਰ ਨਹੀਂ ਤੋਲਿਆ ਔਰ ਤੁਹਾਡੇ ਕੋਪੜ ਖੁੱਲਣੇ ਬਹੁਤ ਜ਼ਰੂਰੀ ਹੈ ਕਿਉਂਕਿ ਹੱਲੇ ਵੀ 25% ਕਹੀ ਜਾਂਦੇ ਨੇ ਰੱਬ ਆ ਰੱਬ ਆ ਰੱਬ ਆ ਜੇ ਤੁਹਾਨੂੰ ਹੁਣ ਵੀ ਨਜ਼ਰ ਨਾ ਆਇਆ ਤਾਂ ਬੇਸ਼ੱਕ ਰੱਬ ਵੀ ਆ ਕੇ ਕਹਿੰਦਾ ਕਿਉਂਕਿ ਝੋਲਿਆ ਤਾਂ ਤੁਸੀਂ ਤਾਂ ਵੀ ਨਹੀਂ ਮੰਨਣਾ ਤਾਂ ਪਰ ਆਪਣੇ ਪਰਿਵਾਰ ਲਈ ਕਰੋ ਮੈਂ ਇੱਥੇ ਹਮੇਸ਼ਾ ਕਹਿੰਦਾ ਰਹਿੰਦਾ ਹਾਂ ਉਹਨਾਂ ਕਿ ਲੋਕੀ ਛੋਣ ਛਣੇ ਪਿੱਛੇ ਆਪਣਾ ਬੱਚਾ ਰਵਾ ਲੈਂਦੇ ਆ ਪਰ ਸਾਧੂ ਦੇ ਜਾ ਕੇ 500 ਰੁਪਏ ਜਰੂਰ ਚੜਾਣਾ ਤਾਂ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਦੀ ਤਮੰਨਾਵਾਂ ਪੂਰੀਆਂ ਕਰੋ ਤੁਹਾਨੂੰ ਕਿਸੇ ਗੁਰੂ ਨੇ ਇਹ ਨਹੀਂ ਕਿਹਾ ਕਿ ਦਸਵੰਦ ਤੁਸੀਂ ਕੱਢਣਾ ਹੀ ਕੱਢਣਾ ਆ ਆਪ ਔਕੇ ਹੋ ਕੇ ਨਹੀਂ ਪਹਿਲਾਂ ਆਪਣੇ ਬੱਚਿਆਂ ਦੀ ਜ਼ਰੂਰਤਾਂ ਪੂਰੀਆਂ ਕਰੋ ਆਪਣੀਆਂ ਜ਼ਰੂਰਤਾਂ ਪੂਰੀਆਂ ਕਰੋ ਆਪਣੇ ਬਜ਼ੁਰਗਾਂ ਦੀਆਂ ਵੀ ਜ਼ਰੂਰਤਾਂ ਪੂਰੀਆਂ ਕਰੋ ਆਪਣੇ ਪਰਿਵਾਰ ਦੀ ਜ਼ਰੂਰਤਾਂ ਪੂਰੀਆਂ ਕਰੋ ਬਚਦਾ ਆ ਥੋੜੀ ਮਿਹਨਤ ਕਰ ਲਓ ਮਿਹਨਤ ਕਰਕੇ ਕਿਸ ਨੂੰ ਦਾਨ ਭੇਜੋ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ 2 ਰੁਪਏ ਕਿਸ ਨੂੰ ਫੜਾਇੇ ਨਹੀਂ ਸੀਗੇ ਕਿ ਜਾਓ ਦਾਨ ਦੇ ਦਿਓ ਗੁਰੂ ਨਾਨਕ ਪਾਤਸ਼ਾਹ ਨੇ ਆਪ ਲੰਗਰ ਪਕਾਇਆ ਸੀ ਆਪ ਸੇਵਾ ਕੀਤੀ ਸੀ ਔਰ ਬਾਅਦ ਚ ਮਾਪਿਓ ਤੋਂ ਕੁੱਟ ਵੀ ਖਾਦੀ ਸੀ ਸੋ ਦੋਸਤੋ ਮੈਨੂੰ ਲੱਗਦਾ ਕਿ ਤੁਹਾਨੂੰ ਸਮਝਣ ਦੀ ਲੋੜ ਆ ਜੇ ਕਿਸ ਨੇ ਬੁਰਾ ਮਨਾਉਣਾ ਤਾਂ ਜੀ ਸੱਦ ਕੇ ਮਨਾਇ ਜਾਵੇ ਕਿਉਂਕਿ ਇੱਥੇ ਦਾ ਸੱਜਾ ਧੋਵੇ ਖੱਬਾ ਤੇ ਖੱਬਾ ਧੋਵੇ ਸੱਜਾ ਪਰ ਅਸੀਂ ਗੱਲ ਅਸਲੀਅਤ ਦੀ ਕਰਨੀ ਆ ਸੋ ਇਹਨਾਂ ਕਹਿੰਦੇ ਇਹਨਾਂ ਸ਼ਬਦਾ ਦੇ ਨਾਲ ਆਪਣੇ ਛੋਟੇ ਵੀਰ ਦਿਨੇਸ਼ ਨੂੰ ਇਜਾਜ਼ਤ ਦਿਓ ਪਰ ਜੇ ਕੋਈ ਫਿਰ ਫੈਕਟ ਦੀ ਗੱਲ ਕਰੇਗਾ ਤਾਂ ਆਪਾਂ ਹਾਜ਼ਰ ਹੋ ਜਾਾਂਗੇ ਜੀ ਸਤਿ ਸ੍ਰੀ ਅਕਾਲ